ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਔਰਤ ਨੇ ਆਪਣੇ ਬੋਝ ਦੀ ਇਸ ਗੱਲ ਤੋਂ ਨਾਰਾਜ਼ ਹੋ ਕੇ ਕਰਤਾ ਜਿਹਹਾ ਕਾਂਡ ਸਾਰੇ ਰਹਿ ਗਏ ਹੱਕੇ ਬੱਕੇ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਤੋਂ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚੋਂ ਤੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਹੁਣ ਇੱਥੇ ਆਪਣੇ ਬੋਝ ਤੋਂ ਨਾਰਾਜ਼ ਔਰਤ ਵੱਲੋਂ ਜਿਹਹਾ ਕੀਤਾ ਗਿਆ ਕਿ ਸਾਰੇ ਹਰਾਨ ਰਹਿ ਗਏ ਨੇ ਰਾਪਰ ਜਾਣਕਾਰੀ ਅਨੁਸਾਰ ਇੱਕ ਘਟਨਾthਾਈਲੈਂਡ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਮਹਿਲਾ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ ਜਿਸ ਨਾਲ ਮਾਲਕ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ ਕਿਉਂਕਿ ਇਸ ਕੰਪਨੀ ਦਾ ਮਾਲਕ ਉਸ ਔਰਤ ਨੂੰ ਕੰਮ ਕਰਨ ਲਈ ਆਗਦਾ ਸੀ ਜਿਸ ਕਾਰਨ ਗੁੱਸੇ ਵਿੱਚ ਆ ਕੇ ਇਸ ਮਹਿਲਾ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਕਿ ਉਸਨੇ ਪੂਰੀ ਕੰਪਨੀ ਨੂੰ ਹਲਾ ਕੇ ਰੱਖਤਾ ਗੁੱਸੇ ਦੇ ਚਲਦੇ ਹੋਏ ਇਸ 38 ਸਾਲਾ ਐਨਸ਼੍ਰਿਆ ਨਾਮ ਦੀ ਔਰਤ ਨੇ ਗੁੱਸੇ 'ਚ ਜਾ ਕੇ ਕਾਗਜ਼ ਦੇ ਛੋਟੇ ਜਿਹੇ ਟੁਕੜੇ ਨੂੰ ਆਗ ਲਗਾ ਕੇ ਫਿਊਲ ਵਾਲੇ ਕੰਟੇਨਰ 'ਤੇ ਸੁੱਟ ਦਿੱਤਾ ਜਿਸ ਕਾਰਨ ਇਹ ਅੱਗ ਸਾਰੇ ਤੇਲ ਦੇ ਗੋਦਾਮ ਵਿੱਚ ਲੱਗ ਗਈ। ਇਸ ਅੱਗ ਨੂੰ ਬੁਝਾਉਣ ਦੇ ਲਈ 40 ਡਿਗਰੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਕੇ 4 ਘੰਟੇ ਦੀ ਮੁਸ਼ਕਲ ਤੋਂ ਬਾਅਦ ਇਸ ਅੱਗ ਉੱਪਰ ਕਾਬੂ ਪਾਇਆ ਗਿਆ। ਇਸ ਸਾਜ਼ਿ ਦੇ ਕਾਰਨ ਕੰਪਨੀ ਨੂੰ 9 ਕਰੋੜ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਗਿਆ। ਇਸ ਦੋਸ਼ ਦੇ ਹਿੱੱਥ ਜਿੱਥੇ ਮਹਿਲਾ ਨੂੰ ਹਰਾਸਤ ਚ ਲੈ ਲਿਆ ਗਿਆ ਉੱਥੇ ਆਪਣਾ ਗਾਬ कबूल किया गया दसा गया कि उस वालों गया क्योंकि वह बोस की शिकायत अपने तनाव के माहौल तो परेशान से खबरों ला सकते खाली थोड़ा बहुत